ਗੁਰੂ ਤੁੰਵਾਹੇ ਗੁਰੂ ਪੰਥ ਦਾ ਨਾਰਾਇਣ ਨਾਮਾ ਪਰ ਸਤਕਾਰਯੋਗ ਗੁਰੂ ਕਿਸਾ ਜੀ ਨੇ ਵਾਜੀ ਹੋਏ ਗੁਰਸਾਧ ਸੰਗਤ ਜੀਓ ਸਤਗੁਰ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਜੀਵਨ ਦੇ ਵੱਡਮੁੱਲੇ ਸਵਾਸਾਂ ਦਾ ਲਾਹਾ ਲੈ ਰਹੇ ਹੋ ਵਡਭਾਗੇ ਹੋ ਕਲਯੁਗ ਦੇ ਇਸ ਜੋਗ ਕੇ ਸਮੇਂ ਵਿੱਚ ਮਨ ਦੀਆਂ ਦਲੀਲਾਂ ਦੀ ਨਾਂ ਪਰਵਾਹ ਕਰਦੇ ਹੋਏ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਮਹਿਮਾ ਗੁਣ ਗaan ਕਰਕੇ ਹਰੀ ਅਸ ਕਰਕੇ ਜੀਵਨ ਸਫਲ ਬਣਾਈਏ ਆਓ ਪੱਲੇ ਸਤਗੁਰ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਨੇ ਪਰਵਚਨ ਭੇਜਿਆ ਗੁਰਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਵੀ ਗਤ ਪਾਹੇ ਹੈ ਦਾਤਾ ਜਿਹੜੇ ਤੇਰੇ ਦਵਾਰ ਤੱਕ ਪਹੁੰਚ ਗਏ ਨੇ ਜਿਹੜੇ ਤੇਰੀ ਸ਼ਰਨ ਵਿੱਚ ਪਹੁੰਚ ਗਏ ਨੇ ਉਹਨਾਂ ਦੀ ਚਰਨ ਧੂੜ ਬਖਸ਼ ਦਿਓ ਤਾਂ ਕਿ ਅਸੀਂ ਵੀ ਬਖਸ਼ੇ ਜਾਈਏ ਜਨਮ ਜਨਮਾਂ ਤਰਾਂ ਤੋਂ ਮਨ ਪਾਪ ਕਰਦਾ ਆਇਆ ਮਾਲਕ ਕਹਿੰਦੇ ਨੇ ਸਾਧ ਸੰਗਤ ਤੈਨੂੰ ਬਚਾ ਸਕਦੀ ਹੈ ਤਿੰਨਾਂ ਤੋਂ ਕਿਤੇ ਬਚਾਅ ਹੋ ਜਾਏ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰੀਆਂ ਪਾਤਸ਼ਾਹ ਕਹਿੰਦੇ ਨੇ ਦਾਤਾ ਇਹਨਾਂ ਦੀ ਅੱਖ ਦੇ ਫਰਾਕੇ ਜਿੰਨੀ ਵੀ ਕਿਤੇ ਸੰਗਤ ਹੋ ਗਈ ਇਹਨਾਂ ਨੇ ਜੀਵਨ ਨਰਕ ਬਣਾ ਦੇਣਾ ਮੇਰਾ ਤਿੰਨ ਬੜੇ ਖਤਰਨਾਕ ਨੇ ਬਾਣੀ ਕਹਿ ਰਹੀ ਸਾਖਤ ਨਿੰਦਕ ਦੁਸ਼ਟ ਸਾਖਤ ਕੀ ਹੈ ਜਿਸ ਨੂੰ ਗੁਰੂ ਚੰਗਾ ਨਾ ਲੱਗੇ ਜਿਸ ਨੂੰ ਗੁਰਬਾਣੀ ਚੰਗੀ ਨਾ ਲੱਗੇ ਜਿਸ ਨੂੰ ਬਾਣਾ ਚੰਗਾ ਨਾ ਲੱਗੇ ਜਿਸ ਨੂੰ ਪ੍ਰਭ ਉਸਤਤ ਚੰਗੀ ਨਾ ਲੱਗੇ ਸਾਕਤ ਮਨੁੱਖ ਨੂੰ ਬਾਣੀ ਨੇ ਸੂਰ ਨਾਲੋਂ ਵੀ ਪੈੜਾ ਦੱਸਿਆ ਸਾਕਤ ਸੇ ਸੂਕਰ ਭਲਾ ਆਛਾ ਰੱਖੇ گاਉ ਕਹਿੰਦੇ ਸਾਕਤ ਮਨੁੱਖ ਨਾਲੋਂ ਸੂਰ ਚੰਗਾ ਸਾਕਤ ਮਨੁੱਖ ਗੰਦਗੀ ਪਾਉਂਦਾ ਚਲੇ ਜਾਂਦਾ ਜਿੱਥੇ ਵੀ ਬੈਠਦਾ ਨਿੰਦਿਆ ਦੁਆਰਾ ਈਰਖਾ ਦੁਆਰਾ ਵੈਰ ਵਿਰੋਧ ਦੁਆਰਾ ਗੰਦਗੀ ਪੌਂਦਾ ਚੱਲੇ ਜਾਂਦਾ ਤੇ ਰੱਬ ਦੇ ਪਿਆਰੇ ਕਹਿੰਦੇ ਤੇਰੇ ਨਾਲੋਂ ਸੂਰ ਚੰਗਾ ਸਾਰੇ ਨਗਰ ਦੀ ਗੰਦਗੀ ਖਾ ਕੇ ਪਿੰਡ ਤੇ ਸਾਫ਼ ਕਰ ਦਿੰਦਾ ਆਖੋ ਸਤਨਾਮ ਤੇ ਆਂਦੇਣਾ ਜੀ ਸਾਖਤ ਸੇ ਸੂਰ ਭਲਾ ਆਛਾ ਰੱਖੇ گاਉਂ ਕਹਿੰਦੇ ਦੇਖ ਹੇ ਸਾਖਤ ਮਨੁੱਖ ਤੇਰੇ ਨਾਲੋਂ ਸੂਰ ਚੰਗਾ ਸਾਰੇ ਪਿੰਡ ਦੀ ਗੰਦਗੀ ਆਪ ਖਾ ਲੈਂਦਾ ਪਰ ਨਗਰ ਸਾਫ ਕਰ ਦਿੰਦਾ ਇਹ ਸਾਖਤ ਬੰਦੇ ਤੂੰ ਗੰਦਗੀ ਖਲਾਰ ਦਾ ਚਲਾ ਜਾਣਾ ਪਤਾ ਨਹੀਂ ਕਿੰਨਿਆਂ ਦੇ ਮਨ ਸਾਰੇ ਦਿਨ ਵਿੱਚ ਦੁਖਾ ਦੇਣਾ ਤੇ ਰੱਬ ਦੇ ਪਿਆਰੇ ਕਹਿੰਦੇ ਸਾਖਤ ਬੱਪਰਾ ਮਰ ਗਿਆ ਕੋਈ ਨਾ ਲੇਵੇ ਨਾਉ ਮਨਮੁਖ ਮਰ ਜਾ ਤੇ ਕਹਿੰਦੇ ਦਫਾ ਕਰੋ ਚੰਗਾ ਹੋਇਆ ਸ਼ੁਕਰ ਆ ਜਾਨ ਛੁੱਟ ਗਈ ਸਾਰੇ ਪਿੰਡ ਨੂੰ ਫਾਹਲ ਆਇਆ ਹੋਇਆ ਇਸ ਨੇ ਸਾਰੇ ਮਹੱਲੇ ਨੂੰ ਦੁਖੀ ਕੀਤਾ ਹੋਇਆ ਕੋਈ ਬਜ਼ੁਰਗ ਸੀ ساری ਜ਼ਿੰਦਗੀ ਉਸਨੇ ਕਦੇ ਨਗਰ ਵਿੱਚ ਚੰਗਾ ਕੰਮ ਨਾ ਕੀਤਾ ਆਖਰਕਾਰ ਆਖਰੀ ਸਮੇਂ ਬਿਮਾਰ ਹੋ ਗਿਆ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਸਾਰੇ ਨਗਰ ਦੇ ਪਤਵੰਤ ਤੇ ਸੱਜਣ ਸਦਲੋ ਮੈਂ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣਾ ਚਾਹੁੰਨਾ ਬੇਨਤੀ ਕਰਕੇ ਪੁੱਤਰਾ ਨੇ ਸੱਦ ਲਿਆ ਬੇ ਹੁਣ ਸਾਡੇ ਪਿਤਾ ਨਾਲ ਬਹੁਤੀ ਈਰਖਾ ਨਾ ਕਰਿਓ ਸਾਨੂੰ ਪਤਾ ਇਸਨੇ ਕਦੇ ਨਗਰ ਦਾ ਕੁਝ ਸਵਾਰਿਆ ਨਹੀਂ ਪਰ ਹੁਣ ਤਾਂ ਅੰਤਮ ਯਾਤਰਾ ਹੈ ਉਹ ਕੋਈ ਬੇਨਤੀ ਕਰਨਾ ਚਾਹੁੰਦੇ ਨੇ ਸਾਰਿਆਂ ਨੂੰ ਸੱਦ ਲਿਆ ਹੱਥ ਜੋੜੇ ਹੋਏ ਨੇ ਮੰਜੇ ਤੇ ਲੇਟਿਆ ਹੋਇਆ ਮੈਂ ਤੁਹਾਡੇ ਨਾਲ ਬਹੁਤ ਪਾਪ ਤੇ ਗੁਨਾਹ ਕੀਤੇ ਨੇ ਮੈਂ ਤੁਹਾਨੂੰ ਕਦੇ ਸ਼ਾਂਤੀ 'ਚ ਰਹਿਣ ਨਹੀਂ ਦਿੱਤਾ ਮੇਰੀ ਇੱਕ ਬੇਨਤੀ ਆ ਕਿ ਜਦੋਂ ਮੇਰੀ ਅਰਥੀ ਜਾਵੇ ਮੇਰੇ ਮੂੰਹ ਵਿੱਚ ਇੱਕ ਝੰਡੀ ਗੜ ਦੇਣਾ ਇੱਕ ਝੰਡੀ ਗੜ ਦੇਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਮੈਂ ਇਸ ਮੂੰਹ ਦੇ ਨਾਲ ਕਦੇ ਮਿੱਠਾ ਨਹੀਂ ਬੋਲਿਆ ਹੁਣ ਆਖਰੀ ਬੰਦੇ ਜਾਂਦੇ ਨੂੰ ਤੇ ਸਾਰੇ ਹੱਥ ਜੋੜ ਦਿੰਦੇ ਨੇ ਇਹਨਾਂ ਨਾਲ ਕੀ ਵਿਰੋਧਤਾ ਕਰਨੀ ਆ ਹੁਣ ਤਾਂ ਜਾ ਹੀ ਰਿਹਾ ਦੁਨੀਆ ਤੋਂ ਸਤਬਚਨ ਕਹਿ ਦਿੱਤਾ ਸਾਰੇ ਨਗਰ ਨੇ ਪ੍ਰਾਣ ਤਿਆਗ ਦਿੱਤੇ ਨੇ ਅਰਥੀ ਤਿਆਰ ਹੋ ਗਈ ਅਰਥੀ ਤੇ ਪਾ ਲਿਆ ਇੱਛਾ ਮੁਤਾਬਕ ਮੂੰਹ ਵਿੱਚ ਝੰਡੀ ਗੜ ਦਿੱਤੀ ਲੈ ਕੇ ਜਾ ਰਹੇ ਨੇ ਮਿੱਤਰ ਵੀ ਤੇ ਦੁਸ਼ਮਣ ਵੀ ਨਾਲ ਹੀ ਨੇ ਉਹਦੇ ਅਜੇ ਸਮਸ਼ਾਨ ਘਾੜ ਤੋਂ ਥੋੜੀ ਦੂਰ ਹੀ ਸੀ ਪੁਲਿਸ ਵਾਲਿਆਂ ਨੇ ਦੇਖਿਆ ਵੀ ਇਸ ਬੰਦੇ ਦੇ ਮੂੰਹ 'ਚ ਤੇ ਡੰਡਾ ਗੱਡਿਆ ਹੋਇਆ ਐਸਾ ਨਾ ਹੋਵੇ ਆਪ ਨਾ ਕਿਤੇ ਮਰਿਆ ਹੋਵੇ ਇਹਨੂੰ ਮਾਰਿਆ ਹੋਵੇ ਕਿਤੇ ਕਹਿਣ ਲੱਗੇ ਇਸ ਨੂੰ ਰੱਖ ਦਿਓ ਅਰਥੀ ਰੱਖ ਦਿਓ ਅਰਥੀ ਰਖਤੀ ਕਹਿੰਦੇ ਸਾਰੇ ਸਾਰਿਆਂ ਨੂੰ ਪੁਲਿਸ ਸਟੇਸ਼ਨ ਥਾਣੇ ਜਾਣਾ ਪਏਗਾ ਕਹਿੰਦੇ ਕਿਉਂ ਕਹਿੰਦੇ ਤੁਸੀਂ ਇਹ ਬੰਦਾ ਹੈ ਆਪਣੇ ਆਪ ਇਹ ਮਰਿਆ ਨਹੀਂ ਇਹ ਤਾਂ ਮਾਰਿਆ ਗਿਆ ਇਹਦੇ ਮੂੰਹ ਵਿੱਚ ਡੰਡਾ ਗੱਡਿਆ ਹੋਇਆ ਕਹਿੰਦੇ ਹੱਦ ਹੋ ਗਈ ਜੀਂਦੇ ਜੀ ਤਾਂ ਥਾਣੇ ਰੱਖਦਾ ਸੀ ਮਰੇ ਵੀ ਅਜ ਲੈ ਚੱਲਾ ਆਖੋ ਸਤਨਾਮ ਅਸੀਂ ਜਿਉਂਦੇ ਜੀ ਤੇ ਆਪ ਤਹਿਸੀਲਾਂ ਵਿੱਚ ਥਾਣਿਆਂ ਵਿੱਚ ਰਹਿੰਨੇ ਆ ਪਰ ਦੂਸਰਿਆਂ ਨੂੰ ਵੀ ਜੀਂ ਨਹੀਂ ਦਿੰਦੇ ਆਖੋ ਸਤਨਾਮ